ਸਤਿਗੁਰ ਪ੍ਰਸ਼ਾਦ ਹੁਕਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭਮ ਗੁਰ ਪ੍ਰਸ਼ਾਦ ਓਂਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਸਰੇ ਦਿਨ ਉੱਠੇ ਤੇ ਮਾਤਾ ਨੇ ਪ੍ਰਾਤਹ ਕਾਲ ਜਗਾਇਆ, ਨਿਤਨੇਮ ਇਸ਼ਨਾਨ ਕਰਵਾਇਆ, ਕੱਪੜੇ ਪਹਿਰਾਏ, ਤਾਂ ਸ਼੍ਰੀ ਗੁਰੂ ਬਾਬਾ ਜੀ ਉਸ ਦਿਨ ਪਾਤੇ ਦੇ ਨਾ ਗਏ ਤੇ ਘਰ ਵਿੱਚ ਕਾਗਜ਼ ਲੈ ਕੇ ਚੌਂਕੀ ਉੱਪਰ ਰੱਖ ਦਿੱਤਾ। ਰੱਖ ਕਰ ਉੱਜਲ ਰੁਮਾਲ ਉੱਪਰ ਦੇ ਕਰ ਚੌਂਕੜੀ ਮਾਰ ਕੇ ਬੈਠ ਰਹੇ, ਜੈਸੇ ਕੋਈ ਪੰਡਿਤ ਕਥਾ ਕਰਨ ਬੈਠਦਾ ਹੈ ਅਤੇ ਜੇ ਕੋਈ ਬਾਲਕ ਆਵੇ ਖੇਡਣ ਵਾਲਾ ਸੱਦੇ ਤਾਂ ਅੱਗੋਂ ਸ਼੍ਰੀ ਬਾਬਾ ਜੀ ਆਖਣ ਮੈਂ ਪੋਥੀ ਪੜ੍ਹਦਾ ਹਾਂ। ਇੱਕ ਦਿਨ ਮਾਤਾ ਪਿਤਾ ਬਾਬੇ ਜੀ ਪਾਸ ਆਏ ਬੈਠੇ ਤੇ ਆਖਣ ਲੱਗੇ ਜੋ ਪੁੱਤਰ ਤੂੰ ਘੋੜ ਕਿਹੜੀ ਪੋਥੀ ਪੜ੍ਹਦਾ ਹੈ ਸੋ ਮੈਨੂੰ ਵੀ ਸੁਣਾਓ। ਤਾਂ ਬਾਬੇ ਜੀ ਕਿਹਾ ਪਿਤਾ ਜੀ ਮੈਂ ਸ਼ਬਦ ਸਲੋਕੀ ਗੀਤਾ ਪੜ੍ਹਦਾ ਹਾਂ। ਜਬ ਸ਼ਬਦ ਸਲੋਕੀ ਗੀਤਾ ਦਾ ਉਚਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੀਤਾ ਤਾਂ ਮਾਤਾ ਪਿਤਾ ਸੁਣ ਕਰ ਪ੍ਰਸੰਨ ਹੋਏ। ਪਿਤਾ ਨੇ ਕਿਹਾ ਹੇ ਪੁੱਤਰ ਸਾਡੀ ਸਮਝ ਮੇ ਇਹ ਸੰਸਕ੍ਰਿਤੀ ਨਹੀਂ ਆਤੀ, ਇਸ ਦਾ ਸਾਨੂੰ ਅਰਥ ਕਰਕੇ ਸੁਣਾਓ। ਤਬ ਪ੍ਰਸੰਨ ਹੋਏ ਕਿ ਸ਼੍ਰੀ ਗੁਰੂ ਜੀ ਅਰਥ ਲੱਗੇ ਕਰਨ। ਸ਼੍ਰੀ ਗੁਰੂ ਜੀ ਬੋਲੇ ਸੁਣੋ ਪਿਤਾ ਜੀ, ਸ਼੍ਰੀ ਕ੍ਰਿਸ਼ਨ ਭਗਵਾਨ ਜੀ ਆਪਣੇ ਧਰਮ ਪਰਮ ਪਿਆਰੇ ਭਗਤ ਅਰਜਨ ਤਾਈਂ ਉਪਦੇਸ਼ ਕੀਆ ਹੈ। ਹੇ ਅਰਜਨ, ਓਅੰਕਾਰ ਜੋ ਪ੍ਰਥਮ ਅੱਖਰ ਵੇਦ ਮੇ ਹੈ, ਔਰ ਪ੍ਰਿਥਵੀ ਔਰ ਪ੍ਰਣ ਵੀ ਉਸਕਾ ਨਾਮ ਹੈ, ਸੋ ਓਅੰਕਾਰ ਵੋ ਜੋ ਪਰਮ ਪ੍ਰਖੋਤਮ ਜਿਸਕੋ ਪੂਰਨ ਬ੍ਰਹਮ ਕਹਤੇ ਹੈ, ਤਿਸਕੇ ਸਵਾਸੋ ਕਾ ਸ਼ਬਦ। ਸੋ ਬਾਣੀ ਰੂਪ ਹੋ ਕੇ ਪ੍ਰਥਮੇ ਬ੍ਰਹਮਾ ਜੀ ਕੇ ਹਿਰਦੇ ਮੇ ਪ੍ਰਵੇਸ਼ ਕੀਆ, ਤੋ ਇਸੀ ਬਾਣੀ ਕੇ ਬਲ ਸੇ ਸੰਸਾਰ ਰਚਾ, ਔਰ ਵੇਦ ਵੀ ਸ਼ਾਸਤਰ ਮੇ ਪ੍ਰਵ੍ਰਿਤ ਕੀਏ, ਹੋਰ ਭਗਤੀ ਪਰਮੇਸ਼ਵਰ ਜੀ ਕਾ ਭਜਨ ਵੀ ਪ੍ਰਵ੍ਰਿਤ ਕੀਆ ਹੈ। ਜੋ ਕੋਈ ਇਸ ਓਅੰਕਾਰ ਕਾ ਜਾਪ ਕਰੇਗਾ ਔਰ ਮੈਂ ਪਰਮ ਈਸ਼ਵਰ ਹੋ ਜੋ ਮੇਰਾ ਧਿਆਨ ਕਰੇਗਾ, ਔਰ ਜਬ ਵੋ ਪ੍ਰਾਣੀ ਦੇਹ ਕਾ ਤਿਆਗ ਕਰੇਗਾ ਸੋ ਮੇਰੇ ਪਰਮ ਧਾਮ ਕੋ ਪ੍ਰਾਪਤ ਹੋਵੇਗਾ। ਮੈਂ ਜੋ ਹਾਂ ਸਦਾ ਏਕ ਰਸ ਹੋ ਸੂਖਮ ਤੋ ਵੀ ਸੂਖਮ ਹਾਂ, ਸਾਰੀ ਵਿਸ਼ਵ ਕਾ ਅਧਿਕਾਰੀ ਹੋ, ਨਿਸ਼ਚਿਤ ਹੂੰ ਪਰ ਮੇਰਾ ਸਭ ਕੇ ਸਿਰ ਉੱਪਰ ਹੈ। ਮੈਂ ਜੋ ਹਾਂ ਸਦਾ ਏਕ ਰਸ ਹੋ ਸੂਖਮ ਤੇ ਵੀ ਸੂਖਮ ਹਾਂ, ਸਾਰੇ ਵਿਸ਼ਵ ਕਾ ਅਧਿਕਾਰੀ ਹੂੰ, ਨਿਸ਼ਚਿੰਤ ਹੋ ਡਰ ਮੇਰਾ ਸਭ ਕੇ ਸਿਰ ਉੱਪਰ ਹੈ।
ਔਰ ਸਰਬ ਪ੍ਰਕਾਸ਼ ਮੇਰਾ ਹੀ ਕੋਟ ਸੂਰਜ ਕਾ ਚਾਂਦਨਾ ਮੇਰੇ ਪ੍ਰਕਾਸ਼ ਕੇ ਤੁਲ ਨਹੀਂ ਕਿਉਂ ਚੁੱਪ ਉਹ ਰਾਤਰ ਕੋ ਔਰ ਮੰਡਲ ਮੇਂ ਚਲਾ ਜਾਤਾ ਹੈ ਅਤੇ ਮੇਰਾ ਪ੍ਰਕਾਸ਼ ਜੁਗਾਂ ਅਤੇ ਆਦਿ ਜੁਗਾਂ ਅਤੇ ਅੰਤ ਵੀ ਔਰ ਮੱਧ ਵੀ ਏਕ ਰਸ ਹੈ ਕਾਹੇ ਤੇ ਜੋ ਅਗਿਆਨ ਰੂਪੀ ਅੰਧੇਰਾ ਸਪਰਸ਼ ਨਹੀਂ ਕਰ ਸਕਦਾ ਹੇ ਅਰਜਨ ਜੋ ਮੇਰੇ ਭਗਤ ਮੇਰਾ ਕਥਾ ਕੀਰਤਨ ਪ੍ਰੇਮ ਸੇ ਕਰਤੇ ਹੈ ਸੰਸਾਰ ਕੋ ਸੁਣਾ ਕੇ ਪ੍ਰਵਿਰਤ ਕਰਤੇ ਹੈ ਪਵਿੱਤਰ ਕਰਤੇ ਹੈ ਔਰ ਜੋ ਸੁਣਤੇ ਹੈ ਸੰਸਾਰ ਕੇ ਪ੍ਰਤੀਤ ਕੇ ਸਾਥ ਸੋ ਮੈਂ ਤਿੰਨਾਂ ਲੋਕਾਂ ਕੀ ਸਦਾ ਰੱਖਿਆ ਕਰਤਾ ਹੂੰ ਸੁਦਰਸ਼ਨ ਚੱਕਰ ਲੀਏ ਹੇ ਅਰਜਨ ਐਸਾ ਪੱਕਾ ਨਿਸ਼ਚੈ ਜੋ ਕੋਈ ਭਗਤ ਮੇਰਾ ਮੈਨੂੰ ਸਤ ਚਿੱਤ ਆਨੰਦ ਕੰਧ ਜਾਣ ਕੇ ਸਰਵ ਬਾਸ਼ਨਾ ਕੋ ਰੋਕ ਕੇ ਸਿਮਰਨ ਕਰਤੇ ਹੈ ਤਿਨਕੇ ਪੀਛੇ ਰੱਛਾ ਕਰਤਾ ਫਿਰਤਾ ਹੂੰ ਹੇ ਪਿਤਾ ਜੀ ਜਬ ਅਰਜਨ ਕੋ ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਐਸਾ ਉਪਦੇਸ਼ ਕੀਆ ਤੋ ਅਰਜਨ ਕਾ ਭਰਮ ਮੋਹ ਦੂਰ ਹੋ ਗਿਆ ਤੋ ਐਸੇ ਗੁਰੂ ਨਾਨਕ ਜੀ ਮਾਤਾ ਪਿਤਾ ਕੋ ਗੀਤਾ ਸੁਣਾਈ ਮਾਤਾ ਪਿਤਾ ਬੜੇ ਪ੍ਰਸੰਨ ਹੋਏ ਫਿਰ ਮਾਇਆ ਪੜ ਗਈ ਆਖਣ ਲੱਗੇ ਚੱਲ ਪੁੱਤਰ ਪਾਧੇ ਪਾਸ ਸੋ ਲੈ ਚੱਲੀਏ ਤਾਂ ਪਾਧੇ ਆਖਿਆ ਨਾਨਕਾ ਕੱਲ ਨਹੀਂ ਆਇਆ ਹੁਣ ਤੈਨੂੰ ਪੱਟੀ ਲਿਖ ਕੇ ਦਿੰਦਾ ਹਾਂ ਤਾਂ ਬਾਬੇ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਸੰਸੈ ਸੇਈ ਸ੍ਰਿਸ਼ਟੀ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤ੍ਰਿਣ ਕਾ ਸਫਲ ਪਿਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੇਈ ਬੀਰਾ ਤੋ ਪੜਿਆ ਰਹਾਉ ਤਾਂ ਗੁਰੂ ਜੀ ਬੋਲੇ ਸੋਈ ਕਰਤਾ ਹੈ ਜਿਸਨੇ ਸ੍ਰਿਸ਼ਟ ਸਾਜੀ ਹੈ ਸਭਨਾ ਦਾ ਸਾਹਿਬ ਏਕ ਹੈ ਜਿਨ੍ਹਾਂ ਇੱਕ ਸੇਵਿਆ ਹੈ ਆਇਆ ਤਿਨਕਾ ਸਫਲ ਹੈ ਹੋਰ ਜਿਹੜੇ ਪੜ੍ਹਨ ਵਾਲੇ ਹੈਨ ਤਿਨ੍ਹਾਂ ਸਭਨਾ ਧਰਮਰਾਏ ਦਾ ਲੇਖਾ ਦੇਣਾ ਹੈ ਇਹ ਮਨ ਭੁੱਲਾ ਹੋਏ ਮਾਨਸ ਜਨਮ ਖੇਵਦਾ ਹੈ ਕਹਿੰਦੇ ਹਨ ਮਨ ਵਿੱਚ ਨਾਮ ਦਾ ਠਹਿਰਾਓ ਹੋਵੇ ਤਾਂ ਇਸ ਨੂੰ ਲੇਖਾ ਨਾ ਦੇਣਾ ਪਵੇ ਇਹ ਬੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੇ ਤਿਸ ਸਿਰ ਲੇਖ ਨਾ ਹੋਈ ਗੁਰੂ ਜੀ ਕਿਹਾ ਇਹ ਬੜੀ ਅਕਾਲ ਪੁਰਖ ਕੀ ਸ਼ਕਤ ਹੈ ਸਰਬਦਾ ਦਾਤਾ ਹੈ ਸੱਚਾ ਹੈ ਇਹਨਾਂ ਅੱਖਰਾਂ ਵਿੱਚ ਜੋ ਉਸਦੇ ਨਾਮ ਨੂੰ ਜਪਦੇ ਹਨ ਉਹਨਾਂ ਦੇ ਸਿਰ ਫੇਰ ਲੇਖ ਨਹੀਂ ਹੁੰਦਾ ਊੜੇ ਉਪਮਾ ਤਾਂ ਕੀ ਜੇ ਜਾ ਕਾ ਅੰਤ ਨਾ ਪਾਇਆ ਸੇਵਾ ਕਰੀ ਸਹੀ ਫਲ ਪਾਵੈ ਜਿਨ ਸੱਚ ਕਮਾਇਆ ਗੁਰੂ ਨਾਨਕ ਜੀ ਬੋਲੇ ਹੇ ਪੰਡਿਤ ਜੀ ਊੜਾ ਓਅੰਕਾਰ ਕਾ ਰੂਪ ਹੈ ਇਸਨੇ ਜੋ ਸ੍ਰਿਸ਼ਟ ਉਤਪੰਨ ਕੀਨੀ ਹੈ ਉਸਦਾ ਅੰਤ ਨਹੀਂ ਪਾਇਆ ਜਾਂਦਾ ਊੜਾ ਅੱਖਰ ਕਹਿੰਦਾ ਹੈ ਇਸਦੀ ਉਪਮਾ ਕਰੀਏ ਜਿਨ੍ਹਾਂ ਸਤਿਗੁਰਾਂ ਦੇ ਸ਼ਬਦ ਤੇ ਸੰਤਾਂ ਨੂੰ ਸੇਵਿਆ ਹੈ ਉਹਨਾਂ ਨੂੰ ਗਿਆਨ ਦਾ ਫਲ ਪ੍ਰਾਪਤ ਹੋਇਆ ਹੈ ਜਿਨ੍ਹਾਂ ਸੱਚੇ ਹੋਏ ਕੇ ਕਮਾਈ ਕੀਤੀ ਹੈ
ਸੋਈ ਖੁਸ਼ ਹੋਏ ਹਨ। ਜੇ ਗਿਆਨ ਪੂਜੇ ਜੋ ਕੋਈ ਪੜਿਆ ਪੰਡਤ ਸੋਈ, ਸਰਬ ਜੀਆਂ ਮੈਂ ਇੱਕੋ ਜਾਣੇ ਤਾਹੋਂ ਮੈਂ ਕਰੇ ਨਾ ਕੋਈ। ਚੱਜੇ ਅੱਖਰ ਆਖਿਆ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਪੜਿਆ ਵੀ ਸੋਈ ਅਤੇ ਪੰਡਤ ਵੀ ਸੋਈ ਹੈ। ਸਰਬ ਜੀਆਂ ਵਿੱਚ ਇੱਕੋ ਜਿਸਨੇ ਦਾਤਾ ਹੈ ਉਸਦੀ ਹੋਮੈ ਮਿਟ ਜਾਂਦੀ ਹੈ। ਕੱਕੇ ਕੇਸ਼ ਪੁੰਡਰ ਜਬ ਹੂਏ, ਬਿਨ ਸਾਬੁਣੇ ਉਜਲਿਆ, ਜਮ ਰਾਜੇ ਕੋ ਗੇਰੂ ਆਏ, ਮਾਇਆ ਕੇ ਸਗਲ ਬੰਦ ਲਿਆ। ਕੱਕਾ ਆਖਦਾ ਹੈ ਕਲੰਕ ਰੂਪੀ ਕਾਲਖ ਨੂੰ ਮਲ ਮਲ ਧੋਵੇ ਤੋ ਵੀ ਉਜਲ ਨਹੀਂ ਹੁੰਦੇ, ਜਿਸ ਸਮੇਂ ਚਿੱਟੇ ਕੇਸ ਆਮਦੇ ਹੈਨ ਸਾਬੁਣ ਤੋਂ ਬਿਨਾਂ ਉਜਲ ਹੋ ਜਾਂਦੇ ਹੈਨ। ਪਹਿਲੇ ਥੋੜ੍ਹੇ ਜਿਹੇ ਕੇਸ ਕੰਨ ਉੱਤੇ ਚਿੱਟੇ ਆਉਂਦੇ ਹੈ, ਮਾਨੋ ਜਮ ਰਾਜੇ ਨੇ ਗੇਰੂ ਰੰਗ ਉਹ ਮਨੁੱਖ ਜਮ ਰਾਜੇ ਨੇ ਹੇਰੂ ਕਿ ਜਮ ਰਾਜੇ ਦੇ ਹੇਰੂ ਹੈਨ ਔਰ ਮਨੁੱਖ ਦੇ ਕੰਨ ਵਿੱਚ ਆਖਦੇ ਹਨ ਜੈਸੀ ਤੇਰੀ ਖੇਤੀ ਪੱਕੀ ਹੋਈ ਚਿੱਟੀ ਹੋ ਜਾਂਦੀ ਹੈ, ਤੈਸੇ ਅਬ ਤੋਂ ਜਵਾਨੀ ਬਤੀਤ ਹੋ ਗਈ ਹੈ। ਹੁਣ ਤੂੰ ਨਾਮ ਜਪੇਗਾ, ਸੰਤਾਂ ਦਾ ਸੰਗ ਕਰੇਗਾ ਤਾਂ ਤੇਰਾ ਸੁੱਖ ਤਾਂ ਤੇਰਾ ਮੁੱਖ ਉੱਜਲ ਹੋਵੇਗਾ, ਪਿਛਲੇ ਪਾਪ ਤੇਰੇ ਧੋਤੇ ਜਾਵਣਗੇ, ਅਤੇ ਜੇ ਹੁਣ ਵੀ ਤ੍ਰਿਸ਼ਨਾ ਕਰਦਾ ਰਹੇਗਾ ਤਾਂ ਜਮ ਤੈਨੂੰ ਸੰਗਲ ਪਾਏ ਕਰ ਲੈ ਜਾਵੇਗੇ, ਅਤੇ ਫਿਰ ਇਸ ਵੇਲੇ ਨੂੰ ਪਛਤਾਏਗਾ। ਖੱਖੈ ਖੁੰਦਕਾਰ ਸਾ ਆਲਸ, ਖੱਖੈ ਖੁੰਦਕਾਰ ਸਾ ਆਲਮ, ਕਰ ਖਰੀਦੀ ਜਿਨ ਖਰਚ ਦੀਆ, ਬੰਧਨ ਜਾ ਕੇ ਸਭ ਜਗ ਬਾਧਿਆ, ਅਬਰੀ ਕਾ ਨਹੀਂ ਹੁਕਮ ਪਿਆ। ਖੱਖੇ ਅੱਕਰ ਕਿਹਾ ਸੰਪੂਰਨ ਸੰਸਾਰ ਦਾ ਮਾਲਕ ਸ਼੍ਰੀ ਵਾਹਿਗੁਰੂ ਹੈ, ਜਿਨ੍ਹਾਂ ਨੇ ਨਾਮ ਰੂਪੀ ਧਨ ਦੇ ਕਰ ਸਾਰੇ ਜਗਤ ਨੂੰ ਮੁੱਲ ਲੀਤਾ ਹੈ। ਜੋ ਪ੍ਰਾਣੀ ਇਹਨਾਂ ਸਤਿਗੁਰਾਂ ਦੇ ਗਿਆਨ ਦੇ ਬੰਧਨ ਵਿੱਚ ਬੰਧੇ ਹੈਨ ਉਹਨਾਂ ਨੂੰ ਧਰਮ ਰਾਏ ਦੇ ਬੰਧਨ ਨਹੀਂ ਪਾਉਂਦੇ, ਉਹਨਾਂ ਦੇ ਗਿਆਨ ਦੇ ਬੰਧਨ ਦਾ ਹੁਕਮ ਨਹੀਂ ਪਾਉਂਦਾ, ਸਤਿਗੁਰ ਦੇ ਪ੍ਰਤਾਪ ਕਰ ਨਿਰਭੈ ਰਹਿੰਦੇ ਹੈਨ। ਗੱਗੈ ਗੋਏ ਗਾਏ ਜਿਨ ਛੋਡੀ ਗਲੀ ਗੋਬਿੰਦ ਗਰਭ ਪਿਆ, ਘਰ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੇ ਤਈ ਕੀਆ। ਗੱਗਾ ਸ਼ਬਦ ਬੋਲਦਾ ਹੈ ਸ਼੍ਰੀ ਮਹਾਰਾਜ ਜੀ ਜਿਤਨੀ ਗਊ ਪ੍ਰਿਥਵੀ ਦੇ ਬ੍ਰਹਮੰਡ ਰਚੇ ਹੈਨ ਬਣਾਏ ਹੈਨ, ਸੋਏ ਜੀਵ ਗੋਬਿੰਦ ਨਾਲ ਗਰਭ ਕਰਦਾ ਹੈ। ਜਿਤਨੇ ਸਰੀਰ ਰੂਪੀ ਭਾਂਡੇ ਘੜੇ ਹੈਨ ਸੋ ਬ੍ਰਹਮ ਰੂਪੀ ਆਵੇ ਚ ਚਾੜੇ ਹੈਨ, ਐਸਾ ਬ੍ਰਹਮਾ ਮਹਾਰਾਜ ਨੇ ਉਤਪੰਨ ਕੀਆ ਹੈ। ਕੱਗੇ ਕਾਲ ਸੇਵਤ ਜੇ ਕਾਲ ਸ਼ਬਦ ਗੁਰੂ ਕੇ ਲਾਗ ਰਹੇ, ਬੁਰਾ ਭਲਾ ਜੇ ਸਮ ਕਰ ਜਾਣ ਇਨ ਬਿਦ ਸਾਹਿਬ ਰਮਤ ਰਹੇ। ਕੱਗਾ ਆਖਦਾ ਹੈ ਜਿਨ੍ਹਾਂ ਜੀਵਾਂ ਸਤਿਗੁਰਾਂ ਦੇ ਸ਼ਬਦ ਦਾ ਧਿਆਨ ਕੀਤਾ ਹੈ, ਸਿਮਰਨ ਕੀਤਾ ਹੈ, ਸੰਤੋਖ ਸੇਵਾ ਟਹਿਲ ਇਹ ਕਾਲ ਕਾਲੀ ਹੈ, ਗੁਰਾਂ ਦੇ ਸ਼ਬਦ ਨਾਲ ਲੱਗ ਰਹੇ ਹਨ, ਅਤੇ ਜਿਨ੍ਹਾਂ ਦੇ
ਜਿਨ੍ਹਾਂ ਨੇ ਦੁੱਖ ਸੁੱਖ ਸਮਾਨ ਕਰ ਜਾਤਾ ਹੈ ਜਿਸ ਪ੍ਰਕਾਰ ਸਾਹਿਬ ਨੂੰ ਪ੍ਰਾਪਤ ਹੋਏ ਹਨ। ਚੱਚੇ ਚਾਰ ਭੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ। ਚੱਚਾ ਆਖਦਾ ਹੈ ਉਸ ਅਕਾਲ ਪੁਰਖ ਨੇ ਜੀਵਾਂ ਦੇ ਵਿਚਾਰ ਵਾਸਤੇ ਚਾਰੇ ਭੇਦ ਸਾਜੇ ਹਨ, ਚਾਰ ਖਾਣੀ ਚਾਰ ਯੁੱਗ ਬਣਾਏ ਹਨ ਅਤੇ ਸਭਨਾ ਯੁੱਗਾਂ ਵਿੱਚ ਨਿਆਰਾ ਵੀ ਹੈ, ਸਭਨਾ ਖਾਣੀਆਂ ਵਿੱਚ ਉਹ ਭੋਗਦਾ ਹੈ ਅਤੇ ਪੰਡਿਤ ਹੋ ਕਰ ਸ਼੍ਰੀ ਵਾਹਿਗੁਰੂ ਜੀ ਕਾ ਉਪਦੇਸ਼ ਕਰਦਾ ਹੈ। ਛੱਛਾ ਛਾਇਆ ਵਰਤੀ ਸਭ ਅੰਤਰ ਤੇਰਾ ਕੀ ਆ ਪਰਮ ਹੋਇਆ, ਪਰਮ ਉਪਾਏ ਭੁਲਾਇਨ ਆਪੇ ਤੇਰਾ ਕਰਮ ਹੋਇਆ ਤਿੰਨ ਗੁਰੂ ਮਿਲਿਆ। ਛੱਛਾ ਆਖਦਾ ਹੈ ਉਹ ਵਾਹਿਗੁਰੂ ਦੀ ਮਾਇਆ ਦੀ ਜੋ ਛਾਇਆ ਹੈ ਸੋ ਸਾਰੇ ਜਗਤ 'ਤੇ ਵਰਤੀ ਹੈ, ਮਹਾਰਾਜ ਜੀ ਕੀ ਆਗਿਆ ਕਰਕੇ ਭਰਮ ਉਤਪੰਨ ਹੋਇਆ ਹੈ, ਭਰਮ ਨੇ ਭੁਲਾਇਆ ਹੈ ਜਿਸ ਨੂੰ ਈਸ਼ਵਰ ਦੀ ਕਿਰਪਾ ਹੋਈ ਉਸ ਨੂੰ ਸਤਿਗੁਰ ਮਿਲਿਆ ਹੈ। ਜੱਜੇ ਜਾਣ ਸੰਗਤ ਜਨ ਜਾਚੇ ਲੱਖ ਚੁਰਾਸੀ ਭੀਖ ਪਇਆ ਏਕੋ ਲੇਵੈ ਏਕੋ ਦੇਵੈ ਅਬਰ ਨਾ ਦੂਜਾ ਮੈਂ ਸੁਣਿਆ। ਜੱਜਾ ਸ਼ਬਦ ਬੋਲਦਾ ਹੈ ਜਿਤਨੇ ਦਾਨ ਜਾਚਕ ਜਾਚੇ ਹੈ 84 ਲੱਖ ਜੂਨ ਵਿੱਚੋਂ ਸਾਡੀ ਰੱਖਿਆ ਕਰੇ, ਏਕੋ ਤੂੰ ਹੀ ਹੈ ਪਰਮੇਸ਼ਵਰ, ਬਿਨਾਂ ਦੇਖਣੇ ਲੇਖਣੇ ਵਾਲਾ ਹੋਰ ਦੂਸਰਾ ਕੋਈ ਨਹੀਂ। ਜੱਜੈ ਚੂਰ ਮਰਹੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੂ ਦੇ ਰਿਹਾ ਦੇਦੈ ਵੇਖੈ ਹੁਕਮ ਚਲਾਏ ਜਿਉਂ ਜਿਉਂ ਕਾ ਰਿਜਕ ਪਿਆ। ਚੱਜਾ ਆਖਦਾ ਹੈ ਹੇ ਬੰਦੇ ਤੂੰ ਪਛਤਾਵੇ ਕਿਉਂ, ਸੋ ਜਿਸ ਵੇਲੇ ਮਹਾਰਾਜ ਤੁਹਾਨੂੰ ਉਤਪੰਨ ਕੀਤਾ ਹੈ ਜੋ ਕੁਛ ਤੁਹਾਡਾ ਰਿਜਕ ਹੈ ਤੁਹਾਡੇ ਮਸਤਕ 'ਤੇ ਲਿਖ ਦਿੱਤਾ ਹੈ, ਵਾਹਿਗੁਰੂ ਦਿੰਦਾ ਵੀ ਹੈ ਅਤੇ ਵੇਖਦਾ ਵੀ ਹੈ ਅਤੇ ਆਪਣੇ ਹੁਕਮ ਵਿੱਚ ਚਲਾਉਂਦਾ ਵੀ ਹੈ। ਐਵੇਂ ਨਜ਼ਰ ਕਰੇ ਜਾ ਦੇਖੇ ਦੂਜਾ ਕੋਈ ਨਾਹੀ ਏਕੋ ਰਵੀ ਰਹਿਆ ਸਭ ਥਾਈ ਏਕ ਬਸਿਆ ਮਨ ਮਾਹੀ। ਐਵੇਂ ਕਿਹਾ ਜਦ ਮੈਂ ਧਿਆਨ ਕਰਦਾ ਹਾਂ ਬਿਨਾਂ ਉਸ ਪਰਮਾਤਮਾ ਕੇ ਦੂਜਾ ਕੋਈ ਨਹੀਂ, ਇੱਕੋ ਸਤਿਗੁਰ ਸਭਨਾ ਥਾਵਾਂ ਵਿੱਚ ਰਵ ਰਿਹਾ ਹੈ, ਸੋਈ ਪਰਮੇਸ਼ਵਰ ਸਾਡੇ ਵਿੱਚ ਵੱਸਦਾ ਹੈ। ਡੱਡੇ ਟੰਚ ਕਰੋ ਕਿਆ ਪ੍ਰਾਣੀ ਘੜਕੀ ਮੂਹਤ ਕੀ ਉੱਠ ਚੱਲਣਾ ਜੂਏ ਜਨਮ ਨ ਹਾਰਹੂੰ ਆਪਣਾ ਪਾਜ ਪੜ੍ਹੋ ਤੁਮ ਹਰੀ ਸ਼ਰਣਾ। ਟੈਂਕਾ ਆਖਦਾ ਹੈ ਹੇ ਜੀਵ ਤੂੰ ਕਪਟ ਝੂਠ ਕਾ ਬੋਲਤੇ ਨਾ ਛੱਲ ਕਰ, ਘੜੀ ਦੋ ਘੜੀਆਂ ਹੁਣ ਪ੍ਰਾਣ ਤਿਆਗ ਜਾਣੇ ਹਨ, ਤੁਸੀਂ ਝਗੜਿਆਂ ਅਤੇ ਵਾਦਾਂ ਵਿੱਚ ਜਨਮ ਬਾਦ ਨਾ ਗਵਾਵੋ, ਕੂੜ ਕਪਟ ਨੂੰ ਛੱਡ ਦਿਓ, ਸਾਧ ਸੰਗਤ ਦੀ ਅਤੇ ਜੋ ਗੁਰਾਂ ਦੀ ਸ਼ਰਨ ਹੈ ਤਿਸ ਨੂੰ ਪ੍ਰਾਪਤ ਹੋਵੇ। ਠੱਠੇ ਠਾੜ ਵਰਤੀ ਤਿੰਨ ਅੰਤਰ ਹਰੀ ਚਰਣੀ ਜਿਨ ਕਾ ਚਿੱਤ ਲਾਗਾ, ਚਿੱਤ ਲਾਗਾ ਸੋਈ ਜਨ ਨਿਸਤਰ ਪਉ ਪਰ ਸ਼ਾਦੀ ਸੁਖ ਪਾਇਆ। ਠੱਠਾ ਕਰ ਕਹਿੰਦਾ ਹੈ ਜਿਨ੍ਹਾਂ ਦੇ ਹਿਰਦੈ ਸੁਧ ਆਈ ਹੈ
ਤਿਨ੍ਹਾਂ ਦਾ ਨਿਸਤਾਰਾ ਹੁੰਦਾ ਹੈ ਅਤੇ ਸੁਖੀ ਵੀ ਸੋਈ ਹੁੰਦੇ ਹਨ, ਨਹੀਂ ਤਾਂ ਜਨਮਦੇ ਮਰਦੇ ਹਨ। ਡੱਡਾ ਡੱਡੂ ਕਹੋ, ਕਿਆ ਪ੍ਰਾਣੀ ਜੋ ਕੁਛ ਹੋਇਆ ਸੋ ਸਭ ਚੱਲਣਾ, ਤਿਸੈ ਸਰੈ ਵਹ ਤਾਂ ਸੁਖ ਪਾਵੋ ਸਰਬ ਨਿਰੰਤਰ ਰਵੀ ਰਹਿਆ। ਡੱਡੇ ਆਖਿਆ, ਅਡੰਬਰ ਕਿਉਂ ਕਰਦੇ ਹੋ ਹੇ ਪ੍ਰਾਣੀਓ, ਜੋ ਕੁਛ ਦ੍ਰਿਸ਼ਟ ਆਵਦਾ ਹੈ ਸਭ ਚਲਾਏਵਾਨ ਹੈ, ਤਿਸ ਵਾਹਿਗੁਰੂ ਨੇ ਸੇਵੋ ਤਾਂ ਸੁਖ ਪਾਵੋ ਜੋ ਸਰਬ ਵਿੱਚ ਸੱਤਾ ਦੇ ਰਹਿਆ ਹੈ। ਢੱਡੈ ਢਾਹ ਉਮਾਰੈ ਆਪੇ, ਢੱਡੈ ਢਾਹ ਉਸਾਰੈ ਆਪੇ, ਜਿਉਂ ਤਿਸ ਭਾਵੈ ਤਿਵੇਂ ਕਰੈ, ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੈ ਜਾ ਕੋ ਨਦਰ ਕਰੈ। ਢੱਡਾ ਆਖਦਾ ਹੈ, ਹੇ ਬਨੇ ਤੂੰ ਤੋੜਦਾ ਹੈ, ਟੁੱਟੇ ਨੂੰ ਬਣਾਉਣਾ ਹੈ ਪਰਮੇਸ਼ਵਰ, ਸਰਬੱਤ ਨੂੰ ਉਸਾਰਦਾ ਹੈ, ਜਿਉਂ ਤਿਸ ਦਾ ਭਾਣਾ ਹੈ ਤਿਵੇਂ ਕਰਦਾ ਹੈ, ਆਪਣੇ ਹੁਕਮ ਵਿੱਚ ਚਲਾਉਂਦਾ ਹੈ ਅਤੇ ਵੇਖਦਾ ਹੈ ਜਿਸ ਨੂੰ ਕਿਰਪਾ ਦ੍ਰਿਸ਼ਟ ਕਰਕੇ ਗਿਆਨ ਦਿੰਦਾ ਹੈ ਉਸ ਨੂੰ ਨਿਸਤਾਰਦਾ ਹੈ। ਨਾਣੇ ਰਵਤ ਰਹੇ ਘਟ ਅੰਦਰ, ਹਰੀ ਗੁਣ ਗਾਵੈ ਸੋਈ, ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਨਾਣਾ ਆਖਦਾ ਹੈ, ਸੰਪੂਰਨ ਵਿੱਚ ਕਰਤਾਰ ਰਵਿਆ ਹੈ ਜੋ ਹਰੀ ਦੇ ਗੁਣਾਂ ਨੂੰ ਬਾਦ ਗਾਵਦਾ ਹੈ, ਸੋ ਜਾਣਦਾ ਹੈ ਜਿਸ ਨੂੰ ਵਾਹਿਗੁਰੂ ਆਪੇ ਸਾਧ ਸੰਗਤ ਵਿੱਚ ਮਿਲਾਵਦਾ ਹੈ, ਫਿਰ ਉਹਨਾਂ ਨੂੰ ਜਨਮ ਨਹੀਂ ਹੁੰਦਾ। ਤੱਤੇ ਧਾਰ ਭਵ ਜਲ ਹੋਇਆ, ਤਾਕਾ ਅੰਤ ਨਾ ਪਾਇਆ, ਨਾਤਰ ਨਾ ਤੁਲਹਾ ਹਮ ਬੂੜਸ ਤਾਰੀ ਲਹੇ ਤਾਰਨ ਆਇਆ। ਤੱਤਾ ਅਕਰ ਆਖਦਾ ਹੈ, ਅਗਿਆਨ ਰੂਪੀ ਸੰਸਾਰ ਵੱਡਾ ਅਥਾਹ ਹੈ, ਇਸ ਦਾ ਅੰਤ ਨਹੀਂ ਪਾਇਆ ਜਾਂਦਾ, ਨਾ ਕੋਈ ਥੋੜਾ ਹੈ ਨਾ ਕੋਈ ਬੇੜਾ ਹੈ ਨਾ ਤੁਲਹਾ ਹੈ, ਬਿਨਾਂ ਸਾਧ ਸੰਗਤ ਸਾਰਾ ਜਗਤ ਡੁੱਬਦਾ ਹੈ। ਜਿਸ ਨੂੰ ਤਾਰਨਾ ਹੁੰਦਾ ਹੈ ਸਾਧ ਸੰਗਤ ਨਾਲ ਮਿਲਾ ਕੇ ਤਾਰ ਲੈਂਦਾ ਹੈ। ਬੱਬੇ ਬਾਣ ਬਣਤਰ ਸੋਈ, ਜਾ ਕਾ ਕੀਆ ਸਭ ਹੋਇਆ, ਕਿਆ ਭਰਮ ਕੀਆ ਮਾਇਆ ਕਹੀਏ, ਜੋ ਤਿਸ ਭਾਵੇ ਸੋਈ ਭਲਾ। ਬਾਬਾ ਬੋਲਦਾ ਹੈ, ਬਾਣ ਬਣੰਤਰ ਪੂਰੀਆਂ ਲੋਹਾਂ ਵਿੱਚ ਪਰਮੇਸ਼ਵਰ ਜੀ ਵਿਆਪਿਆ ਹੋਇਆ ਹੈ, ਜਿਸ ਦਾ ਕੀਤਾ ਹੁੰਦਾ ਹੈ ਮਾਇਆ ਦਾ ਭਰਮ ਹੈ, ਜੋ ਸਭ ਝੂਠ ਹੈ, ਜੋ ਵਾਹਿਗੁਰੂ ਜੀ ਦਾ ਭਾਣਾ ਹੈ ਸੋਈ ਭਲਾ ਹੈ। ਦੱਤੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮ ਅਪਣਾਇਆ, ਦੱਤੇ ਦੋਸ਼ ਨਾ ਦਿਓ ਕਿਸੇ ਦੇਸ਼ ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਦੱਤਾ ਆਖਦਾ ਹੈ, ਜੋ ਕਿਸੇ ਜੀਵ ਨੂੰ ਦੋਸ਼ ਕਿਆ ਦੇਈਏ, ਸੋ ਜੋ ਕਰਮ ਲਿਖੇ ਹੋਏ ਹਨ
ਸੋ ਭੋਗਦਾ ਹੈ। ਹੋਰ ਸਭ ਜੀਵ ਜੋ ਹਨ ਜੰਤੂ ਹਨ, ਵਾਹਿਗੁਰੂ ਬਜੰਤਰੀ ਹੈ, ਜਿਉਂ ਬਜਾਵਦਾ ਹੈ ਤਿਉਂ ਬਜਦੇ ਹਨ। ਤਦੇ ਧਾਰ ਕਲਾ ਜਿਨ ਛੱਟੀ, ਤਦੇ ਧਾਰ ਕਲਾ ਜਿਨ ਛੋੜੀ, ਹਰੀ ਚੀਜੀ ਜਿਨ ਰੰਗ ਕੀਆ, ਤਿਸਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਤੱਦਾ ਆਖਦਾ ਹੈ ਅਕਾਲ ਪੁਰਖ ਨੇ ਪ੍ਰਿਥਵੀ ਔਰ ਆਕਾਸ਼ ਦੀ ਕਲਾ ਧਾਰ ਛੱਡੀ ਹੈ, ਸਭ ਜੀਆਂ ਜਨਤਾ ਦੇ ਰੋ ਰੰਗ ਕੀਤੇ ਹੈ, ਸੋ ਜਿਹੇ ਕਰਮ ਹਨ ਤੇ ਆ ਵਾਹਿਗੁਰੂ ਜੀ ਨੇ ਛੋੜਿਆ ਹੈ। ਨੰਨੇ ਨਾ ਭੋਗ ਨਿਤ ਭੋਗੇ, ਨਾ ਡੀ ਠਾਣਾ ਸਾਂਭਲਿਆ, ਗਲੀ ਹਉ ਸੁਹਾਗਣ ਭੈਣੇ, ਕੰਤ ਨ ਕਰਹੂੰ ਮੈਂ ਮਿਲਿਆ। ਨੰਨੇ ਕਿਹਾ ਜੋ ਖਵੰਦ ਸੱਚਾ ਸਾਹਿਬ ਗੁਰੂ ਹੈ, ਸਰਬੱਤ ਦਾ ਸੁਆਮੀ, ਸਰਬ ਵਿਖੇ ਭੋਗ ਭੋਗਦਾ ਹੈ, ਸਰਬ ਦਾ ਦਿਸ਼ਟਾ ਹੈ, ਉਸਨੂੰ ਕੋਈ ਨਹੀਂ ਦੇਖ ਸਕਦਾ, ਉਹ ਸਰਬ ਕੋ ਦੇਖਦਾ ਹੈ। ਪੱਪੇ ਪਾਤ ਸ਼ਾਹ ਪਰਮੇਸ਼ਵਰ, ਵੇਖਣ ਕਉ ਪਰ ਪੰਚ ਕੀਆ। ਪੱਪੇ ਪਾਤ ਸ਼ਾਹ ਪਰਮੇਸ਼ਵਰ, ਵੇਖਣ ਕਉ ਪਰ ਪੰਚ ਕੀਆ, ਦੇਖੈ ਬੂਝੈ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ। ਪੱਪੇ ਕਿਹਾ ਹੇ ਮਾਲਿਕ, ਸਰਬ ਦਾ ਉਹ ਜਗਦੀਸ਼ ਹੈ, ਜਗਤ ਨੂੰ ਦੇਖਣ ਵਾਸਤੇ ਲੀਲਾ ਰਚੀ ਹੈ, ਸਰਬ ਕੋ ਦਿੰਦਾ ਹੈ ਅਰ ਸਰਬੱਤ ਵਿਖੇ ਰਵਿਆ ਵੀ ਹੈ। ਫੱਫੇ ਫਾਹੀ ਸਭ ਜਗ ਫਾਸਾ, ਜਮਕੈ ਸੰਗਲ ਬੰਦ ਲਿਆ, ਗੁਰੂ ਪ੍ਰਸ਼ਾਦ ਸੇ ਨਰ ਉਭਰੇ, ਜੇ ਹਰੀ ਸ਼ਰਣਾਗਤ ਭਜ ਪਿਆ। ਫੱਫਾ ਆਖਦਾ ਹੈ ਸੰਪੂਰਨ ਸੰਸਾਰ ਵਿੱਚ ਮਾਇਆ ਕੇ ਜਾਲ ਮੇ ਫਸਾ ਹੁਆ ਹੈ, ਜਮਕ ਦੇ ਸੰਗਲਾਂ ਸਾਥ ਬੰਦੇ ਹੈ, ਗੁਰਾਂ ਕੀ ਕਿਰਪਾ ਸੇ ਸੰਸਿਆਂ ਤੋਂ ਛੁੱਟਦੇ ਹੈ, ਜਿਹੜੇ ਸਾਧ ਸ਼ਰਨ ਪਏ ਹੈ। ਬੱਬੇ ਬਾਜੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁਗਾਂ, ਜੀ ਅਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਅਪਲਗਾ। ਬੱਬਾ ਅੱਖਰ ਆਖਦਾ ਹੈ ਤੂੰ ਉਹ ਈਸ਼ਵਰ ਨੇ ਮਾਇਆ ਨੂੰ ਪ੍ਰੇਰ ਕਰਕੇ ਚਾਰ ਯੁੱਗ ਚੌਪੜ ਕੀਤੇ ਹਨ ਅਤੇ 84 ਲੱਖ ਜੂਨ ਖਾਨੇ ਕੀਤੇ ਹਨ। ਆਪ ਬਾਜੀ ਖੇਲਣ ਲੱਗਾ ਹੈ, ਜਿਹੜੀਆਂ ਗੋਟਾਂ ਪੱਕੀਆਂ ਕਰ ਆਂਬਦੀਆਂ ਹਨ ਉਹਨਾਂ ਦਾ ਸਿਰ ਨੀਵਾਂ ਹੁੰਦਾ ਹੈ, ਜਿਹੜੀਆਂ ਕੱਚੀਆਂ ਪੱਕੀਆਂ ਹਨ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ। ਤੈਸੇ ਗੁਰਮੁਖ ਦਾ ਮਨ ਨੀਵਾਂ ਕਰਕੇ ਜਨਮ ਮਰਨ ਉਹਨਾਂ ਦਾ ਕੱਟਿਆ ਹੈ। ਪੱਬੈ ਪਾਲੈ ਸੇ ਫਲ ਪਾਵੈ, ਗੁਰ ਪ੍ਰਸ਼ਾਦੀ ਜਿਨ ਕਉ ਪਉ ਪਿਆ, ਮਨਮੁਖ ਫਿਰੈ ਨਾ ਚੇਤਹਿ ਮੂੜੈ, 84 ਲੱਖ ਫੇਰ ਪਿਆ। ਪੱਬਾ ਆਖਦਾ ਹੈ ਜੋ ਸਤਿਗੁਰ ਦੇ ਸ਼ਬਦ ਕੋ ਲੱਭਦਾ ਹੈ, ਸੋ ਨਾਮ ਅਰ ਗਿਆਨ ਰੂਪੀ ਫਲ ਕੋ ਪ੍ਰਾਪਤ ਹੁੰਦਾ ਹੈ। ਸੋ ਸੰਸਾਰ ਕੋ ਗੋਪਤਵ ਭਰ ਜਾਂਦਾ ਹੈ ਜੋ ਗੁਰਾਂ ਦੇ ਵਚਨ ਨਹੀਂ ਮੰਨਦੇ, ਮਨ ਕਾ ਕਿਹਾ ਕਰਤੇ ਹੈ, ਸੋ 84 ਲੱਖ ਜੂਨ ਮੇਂ ਭਰਮਤੇ ਹੈ।
ਮੰਮੈ ਮੋਹ ਮਰਨ ਮਧੂਸੂਦਨ ਮਰਨ ਪਿਆ ਤਬ ਚੇਤਬਿਆ ਕਾਇਆ ਪੀਤਰ ਅਬਰੋ ਪੜਿਆ ਮੰਮਾ ਅੱਖਰ ਵਿਸਰਿਆ। ਮੰਮਾ ਅੱਖਰ ਆਖਦਾ ਹੈ ਹਿਰਦੇ ਕੋ ਸ਼ੁੱਧ ਕਰਕੇ ਜੋ ਨਾਮ ਧਾਰਤਾ ਹੈ ਸੋਈ ਮਧੂਸੂਦਨ ਰੂਪ ਹੋਏ ਜਾਤਾ ਹੈ। ਮਾਇਆ ਕਾ ਮੋਹ ਆਸ਼ਚਰਜ ਹੈ ਜੋ ਪੁਰਾਣਾ ਲਗ ਚਿਤ ਨਹੀਂ ਕਰਦਾ ਸੋ ਪਛਤਾਉਂਦਾ ਹੈ। ਜੱਜੇ ਜਨਮ ਨਾ ਹੋਈ ਕਦ ਹੀ ਜੇਕਰ ਸੱਚ ਪਛਾਣੇ ਗੁਰਮੁਖ ਆਖੇ ਗੁਰਮੁਖ ਬੂਝੇ ਗੁਰਮੁਖ ਏਕੋ ਜਾਣੇ। ਜੱਜਾ ਆਖਦਾ ਹੈ ਜੋ ਸਤਿਗੁਰਾਂ ਦੇ ਉਪਦੇਸ਼ ਸੱਚੇ ਸਮਝ ਕਰ ਕਮਾਵਦੇ ਹੈ ਸੋ ਫੇਰ ਜਨਮ ਏ ਨਹੀਂ ਆਵਤੇ। ਸਤਿਗੁਰਾਂ ਦੇ ਮੁੱਖ ਦਾ ਕਿਹਾ ਗੁਰਮੁਖ ਪਛਾਣਦੇ ਹੈ, ਵਾਹਿਗੁਰੂ ਸਾਰੇ ਵਿੱਚ ਰਵਿਆ ਹੋਇਆ ਹੈ ਇਹ ਜਾਣ ਕੇ ਬੈਰ ਵਿਰੋਧ ਸਭ ਛੱਡ ਦਿੰਦੇ ਹੈਨ। ਰਾਰੇ ਰਵ ਰਹੇ ਆ ਸਭ ਅੰਦਰ ਜੇਤੈ ਕੀ ਹੈ ਜਨਤਾ ਜੰਤ ਉਪਾਏ ਤੰਦੈ ਸਭ ਲਾਏ ਕਰਮ ਹੋਇਆ ਤਿੰਨ ਨਾਮ ਲਿਆ। ਰਾਰਾ ਆਖਦਾ ਹੈ ਜੋ ਸੰਪੂਰਨ ਜੀਵ ਚਰਾਚਰ ਹੈਨ ਤਿਨਕੇ ਵਿਖੇ ਰਾਮ ਰਵਿਆ ਹੋਇਆ ਹੈ। ਜੈਸੇ ਸਾਰੀ ਪ੍ਰਿਥਵੀ ਮੇਂ ਜਲ ਰਵਿਆ ਹੋਇਆ ਹੈ ਜਹਾਂ ਕੂੜ ਜਹਾਂ ਕੂਪ ਖੋਦੀਤਾ ਹੈ ਤਹਾਂ ਹੀ ਜਲ ਪ੍ਰਕਾਸ਼ਤਾ ਹੈ। ਤੈਸੇ ਹੀ ਗੁਰਮੁਖਾਂ ਦੀ ਸੰਗਤ ਕਰਨੇ ਸੇ ਸ਼ਾਂਤ ਆਪਤੀ ਹੈ ਜੋ ਨਾਮ ਜਪਤੇ ਹੈ। ਲੱਲੇ ਲਾਏ ਧੰਦੇ ਜਿਨ ਛੋੜੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਪਾਣੇ ਤਾਕੇ ਹੁਕਮ ਪਿਆ। ਲੱਲੇ ਅਕਰ ਆਖਿਆ ਪੂਰਨ ਸੰਸਾਰ ਨੂੰ ਈਸ਼ਵਰ ਦੇ ਧੰਦੇ ਲਾਏ ਛੱਡਿਆ ਹੈ। ਮਾਇਆ ਕਾ ਮੋਹ ਮੀਠਾ ਲਾਏ ਦਿੱਤਾ ਹੈ, ਖਾਂਦਾ ਹੈ ਪੀਂਦਾ ਹੈ ਹੱਸਦਾ ਹੈ ਸੌਂਪਦਾ ਹੈ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਹੈ। ਬੱਬੈ ਬਾਸੁਦਯੋ ਪਰਮੇਸ਼ਵਰ ਵੇਖਣ ਕਿਉ ਜਿਨ ਬੇਸ਼ ਕੀਆ ਵੇਖੈ ਚਾਖੈ ਸਭ ਕੁਛ ਜਾਣੈ ਅੰਤਰ ਬਾਹਰ ਰਵ ਰਹਿਆ। ਬੱਬਾ ਆਖਦਾ ਹੈ ਬਾਸਨਾ ਕੋ ਰੋਕ ਕੇ ਜਿਸਨੇ ਇੰਦਰੀ ਜਿੱਤੇ ਜਗਤ ਕੋ ਕੌਤਕ ਦੇਖਣੇ ਵਾਸਤੇ ਸਤਿਗੁਰਾਂ ਦਾ ਰੂਪ ਧਾਰਿਆ ਹੈ ਸਰਬ ਜੀਆਂ ਮੇ ਸੱਤਾ ਦੇ ਕਰਕੇ ਵੇਖਦਾ ਹੈ। ਸੋ ਜੋ ਉਸਕਾ ਹੁਕਮ ਸਤ ਕਰਕੇ ਮੰਨਦੇ ਹਨ ਸੋਈ ਗੁਰਮੁਖ ਪੁਰਸ਼ ਹਨ। ਚਾਜੈ ਗੜ ਕਹਿ ਕਿਆ ਪਰਾਣੀ ਤਿਸ ਹਿਤ ਆਵੈ ਜਿਸ ਮਰ ਹੋਇਆ ਤਿਸ ਹੀ ਧਿਆਵੋ ਸੱਚ ਸਮਾਵੋ ਓ ਸੁਬਟਰ ਕੁਰਬਾਨ ਕੀਆ। ਰਾੜਾ ਬੋਲਦਾ ਹੈ ਹੇ ਜੀਵ ਅੜਬੰਗ ਚਪਟਰ ਝਗੜੇ ਕਿਉਂ ਕਰਦਾ ਹੈ, ਜੋ ਕੁਛ ਮਹਾਰਾਜ ਦਾ ਹੁਕਮ ਹੈ ਸੋ ਮੰਨੈ, ਜੋ ਮਹਾਰਾਜ ਦਾ ਹੁਕਮ ਮੰਨਦਾ ਹੈ ਤਿਸ ਦੇ ਕੁਰਬਾਨ ਹੋਤੇ ਹੈ। ਰਾ ਹਾਹੇ ਹੋਰ ਨਾ ਕੋਈ ਦਾਤਾ ਜੀਓ ਉਪਾਏ ਜਿਨ ਰਿਜਕ ਦੀਆ
ਹਰੀ ਨਾਮ ਧਿਆਵੈ, ਹਰੀ ਨਾਮ ਸਮਾਵੈ, ਅਨ ਦਿਨ ਲਾਹਾ ਰਹਿਣ ਨਾਮ ਲਿਆ। ਹਰੀ ਨਾਮ ਧਿਆਵੈ, ਹਰੀ ਨਾਮ ਸਮਾਵੈ, ਅਨ ਦਿਨ ਲਾਹਾ ਹਰੀ ਨਾਮ ਲਿਆ। ਹਾਹੇ ਸ਼ਬਦ ਆਖਿਆ, ਜੋ ਪਰਮੇਸ਼ਵਰ ਨੇ ਜੋਤ ਉਤਪੰਨ ਕੀਏ ਹੈ, ਸੋ ਸਭਨਾ ਕੋ ਰਿਜਕ ਦਾ ਦਾਤਾ ਹੈ। ਜੋ ਸਤਿਗੁਰ ਨੇ ਸ਼ਬਦ ਉਚਾਰਿਆ ਹੈ, ਸੋ ਗਿਆਨ ਕੇ ਦਾਤਾ ਹੈ। ਈਸ਼ਵਰ ਔਰ ਗੁਰਾਂ ਬਿਨਾਂ ਹੋਰ ਦਾਤਾ ਕੋਈ ਨਹੀਂ। ਸਭ ਜੀਆਂ ਕਉ ਕਰਮਾਂ ਦੇ ਅਨੁਸਾਰ ਰਿਜਕ ਪਹੁੰਚਾਵਦਾ ਹੈ, ਤਿਸ ਬਿਨਾਂ ਕੋਈ ਨਹੀਂ। ਅੜੇ ਆਪ ਕਰੇ ਜਿਨ ਛੋੜੀ, ਜੋ ਕੁਛ ਕਰਨਾ ਸੋ ਕਰ ਰਿਹਾ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸ਼ਾਇਰ ਇਵ ਕਿਹਾ। ਐੜਾ ਆਖਦਾ ਹੈ, ਜਿਸ ਅਕਾਲ ਪੁਰਖ ਨੇ ਆਦਿ ਤੋਂ ਰਚ ਛੱਡੀ ਹੈ, ਸੰਪੂਰਨ ਜੋ ਕੁਛ ਵਾਹਿਗੁਰੂ ਨੇ ਕਰਨਾ ਸੀ ਸੋ ਕਰ ਰਿਹਾ ਹੈ, ਔਰ ਜੋ ਕੁਛ ਹੋਰ ਕਰੇ ਸੋ ਵੀ ਕਰਨੇ ਕੋ ਸਮਰੱਥ ਹੈ। ਗੁਰੂ ਨਾਨਕ ਜੀ ਕਹਤੇ ਹੈ, ਮੈਂ ਤਿਨਕਾ ਸ਼ਾਇਰ ਹੂੰ, ਕਵੀਸ਼ਰ ਹੂੰ। ਹੇ ਪੰਡਿਤ ਜੀ, ਮੈਂ ਤੁਝਕੋ ਮਹਾਰਾਜ ਕੀ ਮਹਿਮਾ ਕਾ ਵਿਖਿਆਨ ਕੀਤਾ ਹੈ। ਤੂੰ ਮਹਾਰਾਜ ਕਾ ਧਿਆਨ ਕਰ, ਧੰਦੇ ਕੀ ਵਿੱਦਿਆ ਕੋ ਤਿਆਗ ਦੇ। ਇਹੀ ਜੋ ਵਿੱਦਿਆ ਲੋਕਾਂ ਕੋ ਉਪਦੇਸ਼ ਦੇ ਵਾਸਤੇ ਸਿਖਾਈ ਦੀ ਹੈ, ਸੋਈ ਬੰਧਨ ਕਾ ਮੂਲ ਹੈ। ਤੇ ਆਪਣੇ ਕਮਾਵਣੇ ਵਾਸਤੇ ਸਿੱਖੀ ਦੀ ਹੈ, ਸੋਈ ਬੰਧਨੋ ਕੋ ਖੋਲਣ ਵਾਲੀ ਹੈ। ਜਦ ਇਹ ਬਚਨ ਬਾਬੇ ਨੇ ਕਹੇ, ਤਬ ਪੰਡਿਤ ਨੇ ਕਿਹਾ, ਹੇ ਕਾਲੂ, ਚਾਰੋਂ ਵੇਦ ਜਗਤ ਮੈਂ ਗੁਪਤ ਹੋਏ ਰਹੇ ਸੀ, ਤੇਰਾ ਪੁੱਤਰ ਚਾਰੋਂ ਵੇਦੋਂ ਕੋ ਪ੍ਰਕਾਸ਼ ਕਰਨ ਵਾਸਤੇ ਪ੍ਰਗਟਿਆ ਹੈ। ਜਾਂ ਬਾਬਾ ਜੀ ਅੰਦਰ ਬੋਲੇ ਤਾਂ ਇੱਕ ਦਿਨ ਅੰਦਰ ਹੀ ਸਮਾਧ ਲੱਗੀ ਰਹੀ, ਤਾਂ ਨਦੀ ਦੇ ਬਾਹਰ ਜਾ ਬੈਠੇ ਤਾਂ ਉਹਾਂ ਦੀ ਸਮਾਧ ਲੱਗੀ ਰਹੇ, ਜਹਾਂ ਬੈਠੇ ਤਹਾਂ ਹੀ ਚਰਚਾ ਕਰਦਿਆਂ ਕਈ ਦਿਨ ਬੀਤ ਜਾਵੇ। ਕਾਲੂ ਪ੍ਰਸ਼ਾਦ ਲੈ ਕਰ ਪਿੱਛੇ ਪਿੱਛੇ ਫਿਰਦਾ ਰਹੇ, ਬਾਬਾ ਜੀ ਸੰਤ ਸਾਧਾਂ ਨੂੰ ਖਲਾਏ ਦੇਵੇਂ। ਸਾਖੀ ਪੂਰੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ।